ਸਤਿ ਸਤਿ ਸ੍ਰੀ ਅਕਾਲ ਅਕਾਲ ਜੀ ਜੀ ਸਾਰਿਆਂ ਸਾਰਿਆਂ ਨੂੰ, ਕੀ ਨੂੰ ਹਾਲ ਚਾਲ ਸਾਰਿਆਂ ਦੇ? ਤੇ ਚਾਚੀ ਕੀਤੀ ਨੀ ਤੂੰ ਪੁੱਤ? ਸਾਡੇ ਕਹਿ ਰਹੇ ਬੋਲੋ ਵੀ ਸਤਿ ਸ੍ਰੀ ਅਕਾਲ ਜੀ। ਤੇ ਆਪਾਂ ਵਿਹਲੇ ਸੀ, ਅੱਜ ਆਪਣਾ ਕਿੰਨਵਾਂ ਦਿਨ ਆ? 10ਵਾਂ, 11ਵਾਂ ਦਿਨ, 10ਵਾਂ ਦਿਨ ਕੌਟੀਨ ਦੇ ਵਿੱਚ 10ਵਾਂ ਦਿਨ ਆ। ਤੇ ਵਿਹਲੇ ਬੈਠੇ ਸੋਚਿਆ ਕੈਰਵ ਦੀ ਮਸਾਜ ਕੀਤੀ ਜਾਵੇ ਤੇਲ ਲਾ ਕੇ, ਤੇ ਪਰ ਇਹ ਸ਼ੇਰ ਕਿੱਥੇ ਟਿਕਦਾ? ਲੰਬੇ ਪੈ ਜਾ ਪੁੱਤ, ਤੇਲ ਲੱਗ ਗਏ, ਲੰਬੇ ਪੈ ਜਾ। ਤੇਲ ਕਹਿ ਰਿਹਾ ਕਿਵੇਂ ਤੇਲ ਲਵਾਉਣਾ? ਆਏ ਥੱਲੇ ਪੈ ਜਾ, ਪੈ ਜਾਣਾ ਪੁੱਠੇ ਪੰਗੇ, ਤੇਲ ਲਵਾਉਂਦੇ ਨੇ ਵੀ ਲੈਣੇ ਆਣੇ ਤਾਂ। ਮੌਸਮ ਅੱਜ ਫੇਰ ਸੁਹਾਣਾ ਹੋ ਗਿਆ, ਬੱਦਲ ਵਾਈ ਛਾਈ ਹੋਈ ਹੈ ਤੇ ਕੈਰਵ ਦੀ ਮਸਾਜ ਹੋ ਰਹੀ ਹੈ ਨਾਲ ਨਾਲ। ਕੈਰਵ ਨੂੰ ਜਾ ਕੇ ਵੀ ਨਹੀਂ ਆਉਂਦੀ, ਬਿੰਦੇ ਝੱਡੇ ਥੱਲੇ ਉੱਤਰ ਖੜਦਾ। ਤੇਲ ਨਹੀਂ ਲਵਾਉਣਾ, ਇੱਥੇ ਲਵਾਉਣਾ ਨਾ, ਆ ਜਾ ਨਾ ਇੱਥੇ, ਤੂੰ ਆਪ ਹੀ ਤਾਂ ਕਹਿੰਦਾ ਸੀ ਲਾਉਣਾ, ਨਹੀਂ ਲਾਉਣਾ। ਚੰਗਾ, ਨੰਗੂ ਬੰਦਾ ਹੈ, ਨੰਗੂ ਬੰਦਾ, ਨੰਗੂ ਬੰਦਾ, ਨੰਗੂ ਬੰਦਾ। ਨੋ 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 ਨੋ, ਇਹਦੇ ਨਾਲ ਨਹੀਂ ਪੰਗੇ ਲੈਣੇ ਬਾਈ। ਬਾਈ ਸਾਹਿਬ ਡੈਡੀ ਦੇ ਪਸੰਦ ਹੈ ਨਾ ਕਰ। ਮੰਮਾ ਤੂੰ ਨਹੀਂ ਲਵਾਉਣਾ ਤੇਲ, ਮੰਮਾ ਤੂੰ ਤੇਲ ਨਹੀਂ ਲਵਾਉਣਾ ਸੀ ਹੈਂ ਜੈਜ ਜੀ ਤੋਂ? ਚੰਗਾ, ਚਾਚੂ ਚੱਲੀ ਜਾਂਦੇ ਆ। ਨੰਗੂ 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 ਦੀ ਸ਼ਰਮ ਲੱਤੀ। ਇਹਦੇ ਅਸੀਂ ਤਾਂ ਤੇਲ ਲਾਉਂਦੇ ਹਾਂ ਕਿਉਂਕਿ ਇਹਦੇ ਬੋਡੀ 'ਤੇ ਫਿਰ ਤੋਂ ਰੈਸ਼ਸ ਹੋਣੇ ਸਟਾਰਟ ਹੋ ਗਏ ਆ, ਜਿਹੜੇ ਕਿ ਨਿਊਜ਼ੀਲੈਂਡ ਦੇ ਵੈਦਰ ਕਰਕੇ ਹੋ ਜਾਂਦੇ ਆ। ਇੰਡੀਆ ਜਾ ਕੇ ਬਿਲਕੁਲ ਠੀਕ ਹੋ ਗਏ ਸੀ, ਕੋਈ ਪ੍ਰੋਬਲਮ ਨਹੀਂ ਸੀਗੀ, ਅਤੇ ਹੁਣ ਫਿਰ ਉਵੇਂ ਖਰਾਦਰੀ ਜੀ ਬੋਡੀ ਹੋ ਗਈ ਆ, ਪਿੰਪਲਸ ਨਿੱਕੀਆਂ ਨਿੱਕੀਆਂ ਹੋਣ ਲੱਗ ਗਈਆਂ ਫਿਰ ਇਹਦੇ, ਜਿਹੜੀਆਂ ਕਿ ਡਰਾਈ ਵੈਦਰ ਕਰਕੇ ਹੁੰਦੀਆਂ। ਚੰਪੀ ਇਹ ਟਿਕਣ ਵਾਲਾ ਨਹੀਂ ਹੈਗਾ ਗਾ, ਤਾਂ ਕਰਕੇ ਇੱਦਾਂ ਜੀ ਕਰਨਾ ਪੈਂਦਾ। ਮੈਚ ਚੱਲ ਰਿਹਾ ਜੀ ਕੈਰਵ ਦਾ ਤੇ ਗਗਨ ਦਾ, ਖੇਡ ਰਹੇ ਦੋਨੇ ਅੰਦਰ। ਟਾਈਮ ਪਾਸ ਕਰ ਰਹੇ ਆ। ਜਵਾਕ ਦੀ ਵਾਰੀ ਆ ਵਿਚਾਰੇ ਦੀ, ਆਪ ਬੈਠੇ ਆ। ਥੋੜਾ ਜਿਹਾ ਖੇਡ ਕੇ ਸੌ ਜਾਂਦਾ, ਫਿਰ ਨਹੀਂ ਸੌਂਦਾ ਨਹੀਂ ਇੰਨੀ ਦੇਰ, ਹੁਣ ਥੱਕ ਜੂਗਾ ਪੂਰਾ। ਜਿੰਨੀ ਵੀ ਸਪੇਸ ਹੈਗੀ ਅਸੀਂ ਯੂਜ਼ ਕਰੀ ਜਾਂਦੇ ਹਾਂ। ਪਾਣੀ ਦੀਆਂ ਬੋਟਲਸ ਖਾਲੀ ਹੋ ਜਾਂਦੀਆਂ ਤਾਂ ਉਹਨਾਂ ਨੇ ਖੇਡ ਲਈਦਾ। ਸੋ ਲਓ ਜੀ, ਅੱਜ ਹੈਗਾ 11ਵਾਂ ਦਿਨ ਤੇ ਸਾਡੇ ਰਹਿ ਗਏ ਬਸ 2 ਦਿਨ ਹੁਣ ਇੱਥੇ। ਮਸਾਜਾਂ ਮਸੂਜਾਂ ਤੋਂ ਬਾਅਦ ਆਪਾਂ ਨਹਾ ਨਹੂ ਕੇ ਰੈਡੀ ਹਾਂ ਅਤੇ ਬੈੱਡ 'ਤੇ ਬਹਿਣ ਨੂੰ, ਐਨੀ ਵੇ ਹੋਰ ਤਾਂ ਕੁਝ ਹੈ ਨਹੀਂ ਕਰਨ ਨੂੰ। ਸੋ ਆਪਣੇ ਸਿਰਫ 2 ਦਿਨ ਰਹਿ ਗਏ ਆ ਅਤੇ ਅਸੀਂ ਬਹੁਤ ਐਕਸਾਈਟਡ ਹਾਂ ਬਾਹਰ ਜਾਣ ਲਈ। 2-3 ਦਿਨ ਹੋ ਗਏ ਫੇਰ ਮੀਂਹ ਪਈ ਜਾਂਦੇ ਨੂੰ ਅਤੇ ਅਸੀਂ ਫੇਰ ਬਾਹਰ ਨਹੀਂ ਜਾ ਪਾਏ। ਸੋ ਕਿਉਂਕਿ 11ਵਾਂ ਨੂੰ ਜ਼ਿਆਦਾ ਠੰਡ ਮਹਿਸੂਸ ਹੁੰਦੀ ਹੈ ਅਤੇ ਫਿਰ ਇਹ ਜਲਦੀ ਕਰਦਾ ਵੀ ਚਲੋ ਚਲੋ ਰੂਮ 'ਚ ਚੱਲੀਏ, ਫਿਰ ਅਸੀਂ ਜਾਂਦੇ ਹੀ ਨੀਗੇ। ਅਤੇ ਆਪਾਂ ਕੀ ਕਹਿੰਦੇ ਹੁੰਦੇ ਆ, ਆਪਣਾ ਕੱਲ੍ਹ ਨੂੰ ਟੈਸਟ ਆ, 9:30 ਤੜਕੇ ਟੈਸਟ ਆ ਅਤੇ ਆਪਾਂ ਨੂੰ ਟੈਸਟ ਲਈ ਜਾਣਾ ਪੈਣਾ। ਅਤੇ ਜੇ ਤਾਂ ਆਪਣਾ ਟੈਸਟ ਆ ਗਿਆ ਸਹੀ ਨੈਗੇਟਿਵ ਤਾਂ ਆਪਾਂ ਜਾਵਾਂਗੇ ਪਰਸੋਂ ਘਰੇ, ਅਤੇ ਜੇ ਆ ਗਿਆ ਪੋਜ਼ਿਟਿਵ ਫਿਰ ਰੱਖਣਗੇ 14 ਦਿਨ ਹੋਰ, 14 ਦਿਨ ਹੋਰ। ਸੋ ਸਾਰੇ ਜਣੇ ਕੀ ਕਹਿੰਦੇ ਅਰਦਾਸ ਕਰਿਓ ਕਿ ਅਸੀਂ ਘਰੇ ਜਾ ਵੜੇ ਕਿ ਨਾ ਹੀ ਪੋਜ਼ਿਟਿਵ ਆਵੇ, ਕਿਉਂਕਿ ਬਸ
ਬਸ ਰੋਟੀਆਂ ਨੂੰ ਬਹੁਤ ਜੀ ਕਰਦਾ ਹੁਣ, ਸਹੀ ਗੱਲ, ਰੋਟੀ ਨੂੰ, ਸਬਜ਼ੀ ਨੂੰ, ਸਬਜ਼ੀ ਤਾਂ ਚੱਲ ਕਦੇ ਆ ਜਾਂਦੀ ਆ, ਚੌਲਾਂ ਨਾਲ ਖਾ ਖਾ ਕੇ ਪਏ ਆ ਨਾਲੇ। ਸਾਨੂੰ ਕੱਲ ਨੂੰ ਆਉਣਾ ਵੀ ਨਹੀਂ, ਲੰਚ ਆਹ ਡਿਨਰ ਮੰਗਵਾਇਆ ਨਹੀਂ ਕਿਉਂਕਿ ਡਿਨਰ ਖਾਣ ਵਾਲਾ ਹੀ ਨਹੀਂ ਸੀਗਾ ਕੁਛ ਵੀ, ਹਾਂ ਗੰਦਾ ਸੀਗਾ ਤੇ ਅਸੀਂ ਮੰਗਵਾਇਆ ਹੀ ਨਹੀਂ, ਕੱਲ ਨੂੰ ਬਿਨਾਂ ਰਾਤ ਦੀ ਰੋਟੀ ਤੋਂ ਸਾਨੂੰ ਰਹਿਣਾ ਪੈਣਾ। ਤੇ ਚੱਲ ਨਹੀਂ ਬਾਈ, ਆਪਾਂ ਕੱਲ ਨੂੰ ਟੈਸਟ ਕਰਾ ਕੇ ਆਉਣੇ ਆ, ਦੇਖਦੇ ਹਾਂ ਕੀ ਨਿਕਲਦਾ, ਅਤੇ ਕੱਲ੍ਹ ਵਾਲੀ ਵੀਡੀਓ ਤੁਹਾਡੇ ਨਾਲ ਕੱਲ੍ਹ ਨੂੰ ਸ਼ੇਅਰ ਕਰਾਂਗੇ ਅਸੀਂ ਜਿੰਨੇ ਕੁ ਸਾਥੋਂ ਬਣਾ ਹੋਈ। ਅਤੇ ਪਰ ਅੱਜ ਅਸੀਂ ਸਿਰਫ ਵਿਹਲੇ ਸੀ, ਅਸੀਂ ਆਖਿਆ ਚੱਲ ਵੀਡੀਓ ਬਣਾਉਂਦੇ ਹਾਂ, ਮਸਾਜ ਮਸੂਜ ਕੀਤੀ ਹੈ, ਨਹਾਤੇ ਨਹੁਤੇ ਅਤੇ ਅਸੀਂ ਰੈਡੀ ਹਾਂ। ਕੈਰਮ ਦੇਖੋ ਕਿਵੇਂ ਬੈਠਣਾ ਚਾਹੁੰਦਾ, ਕੈਰਮ, ਹਾਂ ਕੈਰਮ ਵੀਡੀਓ ਲਈ ਬਹੁਤ ਉਤਾਵਲਾ ਸੀ, ਕਹਿੰਦਾ ਮੈਂ ਵੀਡੀਓ ਬਣਾਉਣੀ ਆ, ਕਦੋਂ ਦਾ ਕਹੀ ਨਾ ਡੈਡੀ ਵੀਡੀਓ, ਡੈਡੀ ਵੀਡੀਓ ਕੀ ਕਰਾਂ ਵੀਓ। ਹਾਂ ਇਹਨੂੰ ਵੀ ਥੋੜ੍ਹਾ ਜਿਹਾ ਇੰਟਰਸਟ ਪੈ ਗਿਆ ਹੁਣ ਵੀਡੀਓ 'ਚ ਆਉਣ ਦਾ, ਅਤੇ ਇਹ ਐਕਸਾਈਟਡ ਪਹਿਲਾਂ ਹੀ ਹੋ ਜਾਂਦਾ ਹੈਗਾ। ਅਤੇ ਆਪਾਂ ਵੈਰੀ ਐਕਸਾਈਟਡ ਹਾਂ ਘਰ ਜਾਣ ਲਈ। ਸੋ ਇਸ ਤੋਂ ਬਾਅਦ ਅਸੀਂ ਕਰਾਂਗੇ ਜੀ ਚੈਲੇਂਜ ਇੱਕ, ਅਸੀਂ ਵਿਹਲੇ ਬੈਠਿਆਂ ਨੇ ਦਿਮਾਗ ਲਾਇਆ ਕਿ ਅਸੀਂ ਦੋਨੇ ਜਣੇ ਇੱਕ ਕੰਪੀਟੀਸ਼ਨ ਲੜ ਰਹੇ ਹਾਂ, ਪਰ ਅਸੀਂ ਕੰਪੀਟੀਸ਼ਨ ਲੜ ਰਹੇ ਹਾਂ ਡਰਿੰਕਾਂ ਪੀਣ ਦਾ, ਸਮੂਦੀ ਪਹਿਲਾਂ ਪੀਊਗਾ, ਸਮੂਦੀ ਪੀਣ ਦਾ ਵੀ ਇਹਨੇ ਕੌਣ ਪਹਿਲਾਂ ਪੀਂਦਾ। ਸੋ ਆਪਾਂ ਦੇਖਦੇ ਹਾਂ ਕਿ ਆਪਾਂ ਦੋ ਸਮੂਦੀਜ਼ ਫਰਿੱਜ 'ਚੋਂ ਕੱਢ ਕੇ ਲਿਆ ਕੇ ਅਤੇ ਦੋਨਾਂ ਸਮੂਦੀਜ਼ ਦਾ ਕੰਪੀਟੀਸ਼ਨ ਲਾ ਰਹੇ ਹਾਂ। ਨਾ ਨਾ ਦੀਸ ਟੂ, ਦੀਸ ਟੂ, ਇਹ ਠੰਡੀਆਂ ਵੀ ਆ ਅਤੇ ਆਹ ਪੀਵਾਂਗੇ, ਆਹ ਪੀਵਾਂਗੇ, ਨਹੀਂ ਨਹੀਂ ਆਪਾਂ ਆਹ ਪੀਵਾਂਗੇ, ਇਹ ਆ ਕੀ ਆ ਬੈਰੀਜ਼, ਆਹ ਕੀ ਆ ਪਤਾ ਨਹੀਂ ਕੀ ਆ, ਇਹ ਚ ਨਿੰਬੂ ਨਿੰਬੂ ਐਵੇਂ ਲੱਗਦਾ, ਹਾਂ ਬਨਾਨਾ, ਔਰੇਂਜ, ਐਪਲ, ਕੀਵੀ ਫਰੂਟ, ਐਪਰੀਕੋਟ, ਦਿਸ ਇਜ਼ ਸੋ ਗੰਦੀ ਵਾਲੀ, ਮੈਨੂੰ ਲੱਗਦਾ ਵੀ ਆਹ ਪੀਣੀ ਔਖੀ ਹੋਊਗੀ। ਅਤੇ ਆਪਾਂ ਆਹ ਪੀਣ ਦਾ ਕੰਪੀਟੀਸ਼ਨ ਕਰ ਰਹੇ ਹਾਂ ਰਾਈਟ ਨਾਓ। ਸੋ ਲਓ ਜੀ ਅਸੀਂ ਕਰ ਲੱਗੇ ਹਾਂ ਸਟਾਰਟ, ਇਹਦਾ ਢੱਕਣ, ਇਹਦਾ ਢੱਕਣ ਨੂੰ ਖੋਲ, ਇਹ ਮੈਨੂੰ ਮਿਲੂਗੀ ਤੁਸੀਂ ਖੋਲਿਆਗਾ, ਨੋ 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 ਨੋ, ਚਲੋ ਆਪਾਂ ਸਟਾਰਟ ਕਰਨ ਲੱਗੇ ਹਾਂ, ਲੈਟਸ ਗੋ, ਨਾ ਅਜੇ ਫੇਰ ਨਹੀਂ ਖੁੱਲੀ, ਨਹੀਂ ਆ ਦੇ ਆ ਦੇ ਨਾ ਖੁੱਲੀ ਨਹੀਂ, ਚੰਗਾ 1 2 3 ਮੇਰਾ ਤਾਂ ਨਿਕਲ ਜਾਂਦਾ, ਨੋ ਵੇਟ ਬੇਬੀ, ਮੈਂ ਤਾਂ ਖਿੱਚ ਗਿਆ ਸਾਰੀ, ਮੈਂ ਤੈਨੂੰ 10 ਸੈਕਿੰਡ ਦੇ ਰਿਹਾ, ਤੂੰ ਤਾਂ ਮੈਂ ਤਾਂ ਫਿਰ ਵੀ ਨੀ ਜਿੱਤ ਸਕਦੀ, ਬਸ ਤੂੰ ਹਾਰ ਗਈ, ਬਸ ਤੂੰ ਹਾਰ ਗਈ, ਅਜੇ ਤਾਂ ਮੇਰੇ ਕੋਲ ਇੰਨੀ ਪਈ ਆ, ਵੇਖ ਲਾ ਜਿੱਤ ਸਕਦੀ ਆ ਤਾਂ ਜਿੱਤ ਲਾ, ਇੰਨੀ ਪਈ ਆ ਜਿੱਤ ਸਕਦੀ ਆ ਤਾਂ ਜਿੱਤ ਲਾ, ਗੱਲਾਂ ਗੁੱਲਾਂ ਚ ਲਾ ਕੇ ਮੈਂ ਤਾਂ ਨੀ ਬੀਤੀ ਜਾਣੀ, ਮੈਂ ਤਾਂ ਨੀ ਬੀਤੀ ਆ ਰਹੀ, ਨਹੀਂ ਫੇਰ ਹਾਰ ਗਈ ਤੂੰ, ਘੋਟੀ ਭਰੀ ਆ, ਮੈਂ ਹਾਰ ਗਈ, ਓਹੋ ਹੋ ਬਹੁਤ ਗੰਦਾ ਟੇਸਟ ਆ, ਖੱਟਾ ਜਾ, ਨਾਓ ਹਾਂਜੀ ਪੁੱਤ ਇੱਕ ਤੂੰ ਲਾਤਾ ਪਹਿਲੇ ਮੈਨੂੰ, ਜੱਟ ਨੀ ਕੋ ਛੱਡਦੇ ਖੱਟਾ ਖੁੱਟਾ, ਹਰ ਗਈ ਮੈਂ, ਲਓ ਵੀ ਜੱਟੋ ਭਾਈ, ਇੰਨਾ ਹੀ ਪਿਆ ਮੈਂ ਆ ਕਰਤਾ ਖਾਲੀ, ਆਪਾਂ ਜਿੱਤ ਗਏ, ਵਿਨਰਸ ਯੋ, ਮੈਂ ਤਾਂ ਖਜੂ ਪਾਣੀ ਆ ਗਿਆ, ਉਹਦੇ ਨਾਮ ਵਜੋਂ ਆਪਾਂ ਨੂੰ ਇੱਕ ਹੋਰ ਮਿਲਦੀ ਹੈ ਨਵੀਂ ਸਮੂਦੀ, ਨਹੀਂ ਨਹੀਂ ਇਹਨੂੰ ਪੀਣਾ ਪੈਣਾ, ਨਾ ਬਈ ਬਹੁਤ ਗੰਦਾ ਟੇਸਟ ਹੈ, ਨਹੀਂ ਨਹੀਂ ਪੀਣਾ ਪੈਣਾ, ਨਾ ਬਈ ਅੱਧੀ ਤਾਂ ਪੀਣੀ ਪੈਣੀ ਹੈ, ਮੇਰਾ ਢਿੱਡ ਐਵੇਂ ਪੜਾਤਾ, ਲੈ ਮੈਨੂੰ ਚੰਗੀ ਲੱਗ, ਤੁਸੀਂ ਜਿੱਤ ਗਏ ਫਿਰ ਹੁਣ, ਮੇਰਾ ਤਾਂ ਢਿੱਡ ਪਹਿਲਾਂ ਹੀ ਐਡਾ ਵੱਡਾ, ਚਲ ਕੋਈ ਨਾ। ਸੋ ਕੰਪੀਟੀਸ਼ਨ ਹੋ ਗਿਆ ਜੀ ਖਤਮ, ਤੇ ਗਗਨ ਜਿੱਤ ਚੁੱਕੇ ਆ, ਜਿੱਤ ਤਾਂ ਗਏ ਆ, ਪਰ ਸਾਡੇ ਨਾਲ ਗੇਮ ਹੋ ਗਈ ਆ, ਇਹਨੇ ਭੋਰਾ ਵੀ ਨਹੀਂ ਪੀਤਾ ਤੇ ਮੈਨੂੰ ਸਾਰੀ ਬੋਤਲ ਪਿਆ ਤੀ, ਜਿਹਨੇ ਹਾਰਨਾ ਸੀ ਤਾਂ ਮੈਨੂੰ ਪਹਿਲਾਂ ਹੀ ਦੱਸ ਦਿੰਦੀ, ਤਾਂ ਮੈਂ ਤਾਂ ਅੱਧੀ ਕੁ ਪੀ ਲੈਂਦਾ, ਮੈਂ ਔਖਾ ਹੋ ਜਾਣਾ ਉਦੋਂ ਦਾ, ਤੇ ਮੈਨੂੰ ਸਾਰੀ ਪਿਆ ਤੀ। ਇਹ ਅਸਲ ਦੇ ਵਿੱਚ ਉਹਦੇ ਪਿੱਛੇ ਵੀ ਇੱਕ ਗੇਮ ਆ ਕਿ ਅੱਜ ਰੋਟੀ ਦੇ ਵਿੱਚ ਸਿਰਫ ਇੱਕ ਰੈਪ ਖਾਣ ਜੋਗਾ ਆਇਆ,
ਤੇ ਮੈਨੂੰ ਇਹਨੇ ਸਮੂਦੀ ਨਾਲ ਢਿੱਡ ਭਰਾ ਤਾ ਮੇਰਾ ਤੇ ਵੀ ਇਹ ਰੋਟੀ ਘੱਟ ਖਾਊਗਾ ਤੇ ਸਾਰਾ ਰੈਪ ਮੈਂ ਖਾ ਲੂੰਗੀ। ਸੋ ਇਹ ਸਾਰੀ ਗੇਮਾਂ ਹੋ ਰਹੀਆਂ ਨੇ ਸਾਡੇ ਨਾਲ, ਚਲੋ ਕੋਈ ਨੀ। ਤੇ ਜਦ ਮੈਂ ਕਿਹਾ ਸੀ ਮੈਨੂੰ ਲੱਗ ਰਹੀ ਹੈ ਵੀ ਨਹੀਂ ਚੰਗੀ ਹੋਣੀ ਦੂਜੀ ਪੀ ਲੈਣੀ ਆ, ਤੁਸੀਂ ਕਿਹਾ ਨਹੀਂ ਇਹੀ ਪੀਣੀ ਆ। ਪਰ ਪੀਣੀ ਤਾਂ ਕੰਪੀਟੀਸ਼ਨ ਦਾ ਹੀ ਆ, ਉਹ ਮੈਨੂੰ ਨਹੀਂ ਚੰਗੀ ਲੱਗੀ ਨੀ ਸਾਰੀ ਪੀ ਲੈਣੀ ਦਾ ਹੀ ਆ, ਡਸਨਟ ਮੈਟਰ। ਆਈ ਨੋ ਮੈਂ ਵੀ ਉਹੀ ਪੀਤੀ ਆ। ਹਾਂ ਤੁਸੀਂ ਪੀ ਗਏ, ਮੈਨੂੰ ਇਹਨੇ ਵੀ ਹਸਾ ਤਾ ਨਾ ਸਟਾਰਟਿੰਗ ਚ ਹੀ, ਉਹ ਫਿਰ ਜਦੋਂ ਇੱਕ ਵਾਰੀ ਖੱਟੀ ਜੀ ਲੱਗ ਗਈ ਤੇ ਫਿਰ ਜਸਟੀਫਿਕੇਸ਼ਨ ਹਰਨ ਤੇ ਵੀ ਜਸਟੀਫਿਕੇਸ਼ਨ, ਚਲੋ ਕੋਈ ਨਹੀਂ 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 ਤੁਸੀਂ ਜਿੱਤ ਗਏ ਬਸ, ਠੀਕ ਹੈ, ਕੰਗ੍ਰੈਟਸ, ਥੈਂਕ ਯੂ। ਤੇ ਅਸੀਂ ਸਾਡਾ ਅੱਜ ਦੀ ਸਾਡੀ ਵੀਡੀਓ ਇੱਥੇ ਫਿਨਿਸ਼ ਕਰਦੇ ਹਾਂ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਅਵਰ ਵੀਡੀਓ। ਤੇ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ, ਅਤੇ ਜੇ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਅਤੇ ਨਾਲ ਬੈੱਲ ਦਾ ਆਈਕੋਨ ਦਬਾ ਲਿਓ ਸੋ ਦੈਟ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓਜ਼ ਪਹੁੰਚਦੀਆਂ ਰਹਿਣ, ਅਤੇ ਤੁਸੀਂ ਵੇਖਦੇ ਰਹੋ ਅਤੇ ਤੁਸੀਂ ਖੁਸ਼ ਹੁੰਦੇ ਰਹੋ। ਅਤੇ ਜਿਹਨਾਂ ਨੇ ਜੋ ਲੋਕ ਸਾਨੂੰ ਸਪੋਰਟ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਜੀ, ਜਿਹੜੇ ਸਾਡੇ ਵੀਡੀਓਜ਼ 'ਤੇ ਕਮੈਂਟ ਕਰਦੇ ਆ, ਸਾਡੀ ਵੀਡੀਓਜ਼ ਦੇਖਦੇ ਆ, ਧੰਨਵਾਦ ਆ ਬਹੁਤ ਬਹੁਤ। ਅਤੇ ਇੱਦਾਂ ਹੀ ਵੇਖਦੇ ਰਹੋ, ਅਤੇ ਤੁਹਾਡੇ ਜਿਹੜੇ ਸਾਡੇ ਮੇਰੇ ਯਾਰ ਦੋਸਤ ਆ ਜਾਂ ਸਾਡੇ ਸਾਰੇ ਫੈਮਿਲੀ ਫਰੈਂਡਸ ਸਾਰਿਆਂ ਦਾ ਧੰਨਵਾਦ ਜਿਹੜੇ ਸਪੋਰਟ ਕਰ ਰਹੇ ਨੇ, ਜਿਹੜੇ ਨਹੀਂ ਵੀ ਕਰ ਰਹੇ ਤਾਂ ਵੀ ਧੰਨਵਾਦ। ਸੋ ਥੈਂਕ ਯੂ, ਬਾਏ ਬਾਏ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ।